ਸੂਬੇ 'ਚ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਇੱਥੇ ਹਰੇਕ ਨੌਜਵਾਨ ਆਪਣੇ ਸੁਪਨੇ ਪੂਰੇ ਕਰਨ ਅਤੇ ਰੁਜ਼ਗਾਰ ਦੀ ਭਾਲ 'ਚ ਵਿਦੇਸ਼ਾਂ ਦੀਆਂ ਧਰਤੀ 'ਤੇ ਜਾ ਕੇ ਵਸਣਾ ਚਾਹੁੰਦੇ ਨੇ। ਪਰ ਇਹ ਨੌਜਵਾਨ ਆਏ ਦਿਨ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਫਰਜ਼ੀ ਏਜੰਟਾਂ ਦਾ ਸ਼ਿਕਾਰ ਵੀ ਹੋ ਰਹੇ ਨੇ। ਜੀ ਹਾਂ, ਅਜਿਹਾ ਇੱਕ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਰੁਜ਼ਗਾਰ ਲਈ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਦੱਸ ਦਈਏ ਕਿ ਇੱਥੇ ਇੱਕ ਫਰਜ਼ੀ ਤੌਰ 'ਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹਿਆ ਗਿਆ ਸੀ, ਜਿਸ ਵੱਲੋਂ ਉਹਨਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ੀਰਕਪੁਰ ਥਾਣੇ ਵਿੱਚ ਇੱਥੇ ਨੇੜੇ ਚੱਲ ਰਹੇ ਇਸ ਇਮੀਗ੍ਰੇਸ਼ਨ ਦਾ ਕੋਈ ਵੀ ਰਿਕਾਰਡ ਨਹੀਂ ਸੀ। ਉੱਧਰ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਜ਼ੀਰਕਪੁਰ ਥਾਣਾ ਪਹੁੰਚ ਕੇ ਆਪਣਾ ਰੋਸ ਜ਼ਾਹਿਰ ਕੀਤਾ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਤੋਂ ਪ੍ਰਤੀ ਵਿਅਕਤੀ 70,000 ਰੁਪਏ ਲਏ ਗਏ ਸੀ, ਜਿਸ ਤੋਂ ਬਾਅਦ ਨਾ ਤਾਂ ਉਹਨਾਂ ਨੂੰ ਬਾਹਰ ਭੇਜਿਆ ਗਿਆ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਗਏ। ਹੋਰ ਤਾਂ ਹੋਰ ਨੌਜਵਾਨਾਂ ਦਾ ਕਹਿਣਾ ਹੈ ਕਿ ਠੱਗੀ ਕਰਨ ਵਾਲਿਆਂ ਦੇ ਇੱਕ ਸਾਥੀ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵੀ ਪੁਲਿਸ ਨੇ ਦੋਸ਼ਾਂ ਨੂੰ ਫੜਨ ਲਈ ਕੋਈ ਕਾਰਵਾਈ ਨਹੀਂ ਕੀਤੀ। ਜ਼ੀਰਕਪੁਰ ਬਲਿਊ ਆਈ ਕੰਸਲਟੈਂਸੀ ਦਾ ਆਫਿਸ ਆ ਅਤੇ ਸਿੰਗਾਪੁਰ ਬੰਦੇ ਭੇਜ ਰਹੇ ਪਏ 70,000 'ਚ ਅਤੇ ਮੈਡੀਕਲ ਦੇ ਐਕਸਟਰਾ ਚਾਰਜਿਸ ਸੀ। ਤੁਸੀਂ ਕਿੰਨੇ ਪੈਸੇ ਦਿੱਤੇ ਸੀ? ਮੈਂ 70,000 ਪੈਸੇ ਦਿੱਤੇ ਸੀ ਵਿਦ ਪਾਸਪੋਰਟ ਇਹਨਾਂ ਕੋਲ ਸਬਮਿਟ ਸੀ ਅਤੇ ਅਗੇਨ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਜਿਹੜਾ ਮੈਡੀਕਲ ਹੋਇਆ ਸੀ ਉਹ 8,000 'ਚ ਮੈਡੀਕਲ ਹੋਇਆ ਸੀ ਇਹਨਾਂ ਦਾ। ਅਲੱਗ ਅਲੱਗ ਸਟੇਟ ਤੋਂ ਆਏ ਕਹਿੰਦੇ ਨੇ, ਪੁਲਿਸ ਕੀ ਕਹਿ ਰਹੀ ਹੈ ਤੁਹਾਨੂੰ? ਪੁਲਿਸ ਦੀ ਕਾਰਵਾਈ ਨੋਰਮਲ ਹੀ ਲੱਗ ਰਹੀ ਆ, ਜਿੱਦਾਂ ਮੰਨ ਲਓ ਵੀ ਨਾਲ ਹੀ ਮਿਲੇ ਹੋਣ, ਵੀ ਨਾ ਪੁਲਿਸ ਪ੍ਰੋਪਰ ਐਕਸ਼ਨ ਲੈ ਰਹੀ ਆ, ਵੀ ਅਸੀਂ ਸਾਰਾ ਕੁਝ ਕਰਕੇ ਦੇ ਰਹੇ ਹਾਂ ਉਹਨਾਂ ਨੂੰ, ਮੁੰਡਾ ਵੀ ਅਸੀਂ ਫੜਵਾਇਆ ਅਤੇ ਹੁਣ ਕੁੜੀ ਨੂੰ ਇੱਕ ਨੂੰ ਲੈਣ ਗਏ ਆ, ਉਹ ਵੀ ਅਸੀਂ ਉਹਨਾਂ ਨੂੰ ਐਡਰੈਸ ਕਢਵਾ ਕੇ ਦਿੱਤਾ ਆ ਅਤੇ ਉਹ ਵੀ ਹਲੇ ਤੱਕ ਕੋਈ ਖਬਰ ਨਹੀਂ ਆਈ ਵੀ ਕੁੜੀ ਫੜ ਹੋ ਗਈ ਆ ਕਿ ਨਹੀਂ। ਹਮਨੇ ਯਹਾਂ ਪੇ ਵੀਜ਼ਾ ਲਗਵਾਇਆ ਥਾ ਔਰ 40,000 ਰੁਪਏ ਇਨਕੋ ਏਜੰਸੀ ਕੋ ਦੀਆ ਥਾ। ਸ਼ਨੀਵਾਰ ਕੋ ਯੇ ਪੁਲਿਸ ਵਾਲੇ ਯਹਾਂ ਸਾਰਾ ਸਟਾਫ ਲੈ ਕੇ ਆਏ ਪਰ ਉਨਕੋ ਕੋਈ ਐਸਾ ਪਤਾ ਨਹੀਂ ਹੈ ਕੋਈ। ਕਿਆ ਨਾਮ ਹੈ ਏਜੰਸੀ ਕਾ, ਕਿਸ ਕੋ ਦੀਆ ਥਾ? ਬਲਿਊ ਆਈ ਸੈਂਟਰ। ਕਹਾਂ ਪੇ ਹੈ? ਯੇ ਜ਼ੀਰਕਪੁਰ ਹਾਈਵੇ ਰੋਡ। ਕਿਤਨੇ ਪੈਸੇ ਦੀਆ ਆਪਨੇ? 40,000। ਔਰ ਕਿਤਨੇ ਬੰਦੇ ਆਪਕੇ ਸਾਥ? ਹਮਾਰੇ ਸਾਥ ਹੈ ਕਮ ਸੇ ਕਮ 100-150 ਲੜਕਾ ਹੈ। ਇਸ ਮਾਮਲੇ 'ਚ ਪੁਲਿਸ ਦਾ ਉਹੀ ਰੱਟਿਆ ਰਟਾਇਆ ਜਵਾਬ ਸਾਹਮਣੇ ਆਇਆ ਜੋ ਤੁਸੀਂ ਖੁਦ ਹੀ ਸੁਣ ਲਓ। ਇਮੀਗ੍ਰੇਸ਼ਨ ਦਾ ਦਫ਼ਤਰ ਖੋਲ੍ਹਿਆ ਹੋਇਆ ਸੀ ਇਹਨਾਂ ਨੇ ਇੱਥੇ ਬੀ ਸ਼ੋਅਰ ਕੰਸਟੀਚੁਐਂਸੀ ਦੇ ਨਾਂ 'ਤੇ। ਕਾਫੀ ਮੁੰਡਿਆਂ ਦੇ ਜਿਹੜੇ ਸਾਡੇ ਕੋਲ ਕੰਪਲੇਂਟ ਆਈ ਹੈ ਤਕਰੀਬਨ 57 ਬੱਚੇ ਨੇ ਜਿਨ੍ਹਾਂ ਨੇ ਇਹਨਾਂ ਨੇ ਬਾਹਰ ਭੇਜਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀ ਕੁਛ। ਹੁਣ ਕੀ ਹੋ ਸਕਦਾ ਸਰ? ਅੱਗੇ ਪਰਚਾ ਦਰਜ ਹੈ ਇਹਦਾ, ਅਸੀਂ ਕਲੀਅਰ ਉਹ ਕਰ ਰਹੇ ਹਾਂ ਤਫਤੀਸ਼ ਵੀ ਇਹਨਾਂ ਦੇ ਜਿਹੜੇ ਇਹਨਾਂ ਨੇ ਲਾਏ ਤੇ ਡਾਕੂਮੈਂਟ ਵੀ ਜੋ ਕਿਸੇ ਇਹਨਾਂ ਨੇ ਮਕਾਨ ਲਿਆ ਸੀ ਕਿਰਾਏ 'ਤੇ ਸ਼ੋਰੂਮ ਉਹਦੇ 'ਚ ਵੀ ਫਰਜ਼ੀ ਇਹਨਾਂ ਨੇ ਲਾ ਰਿਹਾ ਆਧਾਰ ਕਾਰਡ, ਉਹਨੂੰ ਟਰੇਸ ਕਰ ਰਹੇ ਹਾਂ ਅਤੇ ਇਹਦੇ ਕਰਕੇ ਅੱਗੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੋ ਅਗਲੀ ਕਾਰਵਾਈ ਹੋਊਗੀ ਅਮਲ ਵਿੱਚ ਲੈਂਦੀ ਜਾਊਗੀ। ਹੈਰਾਨੀ ਦੀ ਗੱਲ ਤਾਂ ਇਹ ਕਿ ਜ਼ੀਰਕਪੁਰ ਥਾਣੇ ਦੇ ਕੋਲ ਅਜਿਹੇ ਫਰਜ਼ੀ ਇਮੀਗ੍ਰੇਸ਼ਨ ਸੈਂਟਰ ਦਾ ਰਿਕਾਰਡ ਨਾ ਹੋਣਾ ਅਤੇ ਪਤਾ ਲੱਗਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕੀਤੇ ਜਾਣਾ ਜ਼ਰੂਰ ਪੁਲਿਸ ਦੀ ਕਾਰਵਾਈ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਕੇ ਖੜਾ ਕਰ ਦਿੰਦਾ ਹੈ। ਜ਼ੀਰਕਪੁਰ ਤੋਂ ਗੁਰਲਾਲ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 9253 9563।